ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਸੁਰ ਸਿੰਘ ਵਿਖੇ ਅਸਮਾਨੀ ਬਿਜਲੀ ਡਿੱਗਣ ਨਾਲ ਪਸ਼ੂਆਂ ਦੀ ਹੋਈ ਮੌਤ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਸੀਂ ਆਪਣੇ ਪਸ਼ੂਆਂ ਨੂੰ ਘਰ ਤੋਂ ਬਾਹਰ ਟਾਹਲੀਆਂ ਦੇ ਥੱਲੇ ਰੋਜ਼ਾਨਾ ਦੀ ਤਰ੍ਹਾਂ ਬੰਨਿਆ ਸੀ। ਅੱਜ ਹੋ ਰਹੀ ਬਾਰਿਸ਼ ਕਾਰਨ ਅਚਾਨਕ ਅਸਮਾਨੀ ਬਿਜਲੀ ਡਿੱਗਣ ਨਾਲ ਪਸ਼ੂਆਂ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਪਸ਼ੂਆਂ ਦੇ ਦੁੱਧ ਨਾਲ ਘਰ ਦਾ ਗੁਜ਼ਾਰਾ ਕਰਦੇ ਸੀ, ਪਰੰਤੂ ਹੁਣ ਸਾਡੇ ਘਰ ਦਾ ਗੁਜ਼ਾਰਾ ਮੁਸ਼ਕਿਲ ਹੋ ਜਾਵੇਗਾ। ਪਰਿਵਾਰਕ ਮੈਂਬਰਾਂ ਨੇ ਸਰਕਾਰ ਦੇ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਤਰਨ ਤਾਰਨ ਤੋਂ ਸੋਨੂੰ ਫਤਿਹਾਬਾਦ ਦੀ ਵਿਸ਼ੇਸ਼ ਰਿਪੋਰਟ। ਕੀ ਨਾਂ ਤੁਹਾਡਾ? ਚਰਨਜੀਤ। ਪਿੰਡ ਕਿਹੜਾ? ਸੁਰ ਸਿੰਘ। ਕੀ ਗੱਲ ਹੋਈ ਆ ਜਿਹੜੇ ਡੰਗਰ ਮਰੇ ਪਏ? ਆ ਫਿਰ ਬੱਤੀ ਪਈ ਆ। ਹਾਂ, ਟਾਹਲੀਆਂ ਥੱਲੇ ਵੱਧੇ ਸੀ ਡੰਗਰ ਤੇ ਬੱਤੀ ਉੱਤੋਂ ਪਈ ਆ ਤੇ ਗਾਂ ਤੇ ਮੱਝ ਦੋਵੇਂ ਮੁੱਕ ਗਈਆਂ। 88,000 ਦੀ ਅਸੀਂ ਮੱਝ ਲਈ ਆ। ਕਿੰਨਾ ਚਿਰ ਹੋ ਗਿਆ ਲਈ ਨੂੰ? ਐ ਥੋੜਾ ਚਿਰ ਹੀ ਹੋਇਆ ਅਜੇ ਲਈ ਨੂੰ। ਤੇ ਮੱਝ ਸੂਈ ਨੂੰ ਕਿੰਨੇ ਦਿਨ ਹੋਏ? ਸੂਈ ਨੂੰ ਹੋ ਗਿਆ ਹੁਣ ਮਹੀਨਾ ਕ। ਹਾਂ, ਵਾਵਾ ਦੁੱਧ ਤਾਂ ਦਿੰਦੇ ਸੀ। ਹਾਂ, ਦੁੱਧ ਬੜਾ ਦਿੰਦੀ ਸੀਗੀ। ਹਾਂ, ਤੇ ਗਾਂ ਕਿੰਨੇ ਚਿਰ ਤੱਕ ਸੂਈ? ਗਾਂ 10-15 ਕੁ ਦਿਨਾਂ ਤੱਕ। ਸਾਡੀ ਇਹੋ ਹੀ ਬੇਨਤੀ ਸਰਕਾਰ ਗਾੜੀ ਵੀ ਸਾਨੂੰ ਕੋਈ ਨਾ ਕੋਈ ਮੁਆਵਜ਼ਾ ਦਿੱਤਾ ਜਾਵੇ। ਹਾਂਜੀ, ਆ ਵੀਰੇ ਕੀ ਨਾਂ ਤੁਹਾਡਾ? ਅੰਮ੍ਰਿਤਪਾਲ ਜੀ। ਕੀ ਗੱਲ ਹੋਈ ਵੀਰੇ? ਵੀਰ ਜੀ, ਅਸਮਾਨੀ ਬੱਤੀ ਪਈ ਇਹਨਾਂ ਨੂੰ। ਹਾਂਜੀ, ਟਾਹਲੀਆਂ ਥੱਲੇ ਬੰਨੇ ਸੀ ਤੇ ਦੋਵੇਂ ਗਾਂ ਤੇ ਮੱਝ ਦੋਵੇਂ ਮਰ ਗਏ ਜੀ। ਹਾਂਜੀ, ਤੇ ਜੋ ਵੀ ਸਰਕਾਰ ਨੂੰ ਮੁਆਵਜ਼ਾ ਉਹ ਸਾਨੂੰ ਦਿੱਤਾ ਜਾਵੇ। ਜੋ ਵੀ ਆ ਸਾਡਾ ਗੁਜ਼ਾਰਾ ਦੁੱਧ ਦੇ ਸਿਰ ਤੇ ਚੱਲਦਾ। ਚਲੋ, ਖੇਤੀਬਾੜੀ ਦੇ ਸਾਡੀ 19 ਕੀ ਆ ਜਿੰਨੀ ਵੀ ਆ, ਬਾਕੀ ਚਲੋ ਜੋ ਸਰਕਾਰ ਮੁਆਵਜ਼ਾ ਦੂ ਚਲੋ ਕਬੂਲ ਆ। ਦੁੱਧ ਹੈਗਾ 10-11 ਕਿਲੋ। ਹਾਂਜੀ ਹਾਂਜੀ, ਵਧੀਆ। ਤੇ ਹੁਣ ਕੀ ਮੰਗ ਕਰਦੇ? ਮੰਗ ਇਹੀ ਆ ਜੀ, ਜੋ ਸਰਕਾਰ ਮੁਆਵਜ਼ਾ ਦੂ ਉਹ ਕਬੂਲ ਆ ਜੀ।